ਦੇਖਿਓ ਯਾਰ ਕਿੱਡੇ ਕਿੱਡੇ ਸੋਹਣੇ ਡਿਜ਼ਾਈਨ ਲੱਗੇ ਹੋਏ ਜੇ, ਤੇ ਇੰਨੀ ਦੇਖ ਕੇ ਸਰਪ੍ਰਾਈਜ਼ ਹੋ ਗਿਆ ਸੀ। ਫਿਰ ਜਦੋਂ ਮੈਂ ਇੱਧਰਲੀ ਸਾਈਡ ਆਇਆ, ਇੱਧਰ ਦੇਖ ਹੀ ਲਓ ਯਾਰ, ਤੁਸੀਂ ਆਪੇ ਬੁੱਲ ਵਾਲੀ ਸਾਰੀ ਪੌਣੀ ਲੱਗੀ ਹੋਈ ਆ, ਇੱਧਰ ਵੀ ਦੇਖਿਓ ਆ ਵੀ ਪੌਣੀ ਲੱਗੀ ਹੋਈ ਆ। 1000 ਲਾਈਕ ਕਰਨਾ ਵੀਡੀਓ ਤੇ, ਜਲਦੀ ਹੀ ਰੇਟ ਲਿਸਟ ਲੈ ਕੇ ਆਉਣ ਲੱਗੇ ਆ। 2 ਚਾਂਪਾਂ 70 ਦੀਆਂ ਲਿਆਓ ਜੀ। ਦੇਖਿਓ ਯਾਰ ਕਿੰਨੀ ਕਿਊਟ ਆ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਤੇ, ਜਿਹਦਾ ਨਾਮ ਹੈ ਜੀ ਗਿਆ ਵੀਡੀਓ। ਹੋਪ ਕਰਦਾ ਸਾਰੇ ਠੀਕ ਠਾਕ ਹੋਵੋਗੇ। ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖ ਲਿਆ ਹੋਊਗਾ ਕਿ ਜਿਹੜਾ ਆਪਾਂ ਕੇਕ ਬਣਾਇਆ ਸੀ 25 ਪਾਉਂਡ ਦਾ, ਉਹਦੀਆਂ ਪਲੇਟਾਂ ਹੈਗੀਆਂ ਸੀ ਦੇਣ ਵਾਲੀਆਂ, ਮਤਲਬ ਪਲਾਈਆਂ ਬਣੀਆਂ ਹੋਈਆਂ ਬੋਰਡ ਦੀਆਂ, ਉਹ ਦੇਣ ਚੱਲੇ ਹਾਂ। ਵਲੌਗ ਨੂੰ ਲਾਸਟ ਤੱਕ ਦੇਖ ਲਿਓ, ਚੰਗਾ ਲੱਗੂਗਾ ਲਾਈਕ ਜ਼ਰੂਰ ਕਰਿਓ, ਕਮੈਂਟ ਸ਼ੇਅਰ ਕਰ ਦਿਓ। ਅਤੇ ਹੁਣ ਬਸ ਜਾਂਦੇ ਪਏ ਹਾਂ ਦੁਕਾਨ ਦੇ, ਬਿਲਕੁਲ ਲੱਗ ਗਏ ਹਾਂ। ਬਹੁਤ ਘੈਂਟ ਬਣਿਆ ਚਲੋ, ਓਕੇ ਭਾਈ, ਬਹੁਤ ਬਹੁਤ ਧੰਨਵਾਦ, ਨੈਕਸਟ ਟਾਈਮ ਫਿਰ ਦੱਸਾਂਗੇ, ਠੀਕ ਹੈ ਆਰਡਰ। ਬਾਕੀ ਯਾਰ ਕਿਸੇ ਨੇ ਵੀ ਕੇਕ ਆਰਡਰ ਕਰਨਾ ਹੋਵੇ ਭਾਈ, ਐਡਰੈਸ ਕੀ ਹੈਗਾ ਜੀ? ਰਾਮਾਨੰਦ ਬਾਗ, ਠੀਕ ਹੈ, ਜਲ੍ਹਿਆਂਵਾਲੇ ਬਾਗ ਦੇ ਲਾਗੇ। ਜਲ੍ਹਿਆਂਵਾਲੇ ਬਾਗ ਦੇ ਲਾਗੇ, ਰਾਮਾਨੰਦ ਬਾਗ ਦੇ ਬਿਲਕੁਲ ਆ ਕੋਰਨਰ 'ਤੇ ਹੀ ਦੁਕਾਨ ਹੈਗੀ ਆ, ਇੱਥੇ ਚੌਂਕ ਆ ਅਤੇ ਨਾਲ ਹੀ ਦੁਕਾਨ ਆ। ਕਿਸੇ ਨੇ ਹੀ ਵੱਡੇ ਕੇਕ ਦਾ ਆਰਡਰ ਦੇਣਾ ਹੋਵੇ ਭਾਜੀ ਕੋ ਜ਼ਰੂਰ ਪਹੁੰਚਿਓ। ਥੋੜ੍ਹਾ ਹੀ ਯਾਰ ਘੈਂਟ ਹੈਗਾ ਜੀ, ਤੁਹਾਨੂੰ ਕੀ ਦੱਸੀਏ, ਜਿਨ੍ਹਾਂ ਨੇ ਵੀ ਖਾਧਾ ਸਾਰਿਆਂ ਨੇ ਸਿਫਤ ਕੀਤੀ ਹੈ ਕੇਕ ਦੀ। ਚੱਲਦੇ ਆ ਯਾਰ, ਪਹਿਲਾਂ ਫਾਸਟ ਫੂਡ ਨੂੰ ਅਵੋਇਡ ਕਰਕੇ ਨਾ ਅੱਜ ਖਾਣਾ ਆਪਾਂ, ਹੈਲਦੀ ਪੱਕੀ ਸੌ ਖਾ ਲੈਣੀ ਆ, ਹੈਲਦੀ ਫੂਡ ਦੇ ਇਲਾਵਾ ਫਾਸਟ ਫੂਡ ਨਹੀਂ ਖਾਣਾ, ਠੀਕ ਆ ਯਾਰ? ਪਰ ਨਹੀਂ ਰਿਹਾ ਜਾਂਦਾ, ਸੱਚੀ ਸੱਚੀ ਦੱਸਿਆ ਕਮੈਂਟ ਕਰਕੇ ਕੌਣ ਕੌਣ ਗੱਲ ਨਾ ਕਰੀ, ਫਾਸਟ ਫੂਡ ਛੱਡੀਦਾ ਪਰ ਛੱਡਿਆ ਨਹੀਂ ਜਾਂਦਾ, ਪਤਾ ਨਹੀਂ ਕੀ ਚੱਕਰ ਹੈ ਯਾਰ। ਅੰਮ੍ਰਿਤਸਰ ਦਾ ਫਾਸਟ ਫੂਡ ਨਹੀਂ ਛੱਡ ਸਕਦਾ, ਨਹੀਂ ਛੱਡ ਸਕਦਾ, ਅੰਮ੍ਰਿਤਸਰ 'ਚ ਜੋ ਯਾਰ ਖਜ਼ਾਨਾ ਹੈ ਨਾ ਕਿਤੇ ਨਹੀਂ ਮਿਲਦਾ। ਸਹੀ ਗੱਲ, ਕਿਉਂਕਿ ਬਾਹਰੋਂ ਆ ਕੇ ਸੋਚਦੇ ਕਿ ਯਾਰ 10 ਰੁਪਏ ਦੀ ਚੀਜ਼ ਆ, ਕੀ ਹੋਏਗਾ ਕੀ ਹੋਏਗਾ, ਪਰ ਜਦੋਂ ਬੰਦਾ ਖਾਂਦਾ ਨਾ ਉਦੋਂ ਪਤਾ ਲੱਗਦਾ ਕਿ ਯਾਰ ਹਾਂ ਅੱਗੇ ਕੋਈ ਗੱਲ ਪਤਾ ਹੈ। ਆਪਣੀ ਉਹੀ ਲਾਉਣੀ ਹੈ ਗੋਲ ਵਾਲੀ ਚਾਂਪ, ਠੀਕ ਹੈ, ਕਿੰਨੇ ਦੀ ਹੈ? 50 ਆਪਣੀ ਹੋ ਰਹੀ ਹੈ ਜੀ, ਆ ਕੀਮਾ ਕਿਹੜੀ ਗੀ, ਕੀਮਾ ਟਿੱਕੀ ਚਾਂਪ ਆਪਣੀ ਤਿਆਰ ਹੋ ਚੁੱਕੀ ਹੈ, ਤਾਂ ਹੋਰ ਕਰੀਮ ਆ ਗਈ ਹੈ ਅਤੇ ਰੇਟ ਵੀ ਯਾਰ ਇਹਨਾਂ ਦੀ ਤਾਂ ਸਟਾਰਟਿੰਗ ਸੀ ਨਾ ਉਦੋਂ 30 ਰੁਪਏ ਦੀ ਚਾਂਪ ਹੁੰਦੀ ਸੀ, ਹੁਣ ਤਾਂ ਹੈਗੀ ਹੈ 40 ਰੁਪਏ ਦੀ ਚਾਂਪ ਆ, 2 ਚਾਂਪਾਂ 70 ਦੀਆਂ ਜਿਹੜੀਆਂ ਸੀਖ ਵਾਲੀਆਂ, ਪਰ ਕੀਮੇ ਵਾਲੀ ਥੋੜ੍ਹੀ ਮਹਿੰਗੀ ਆ, ਉਹ 50 ਰੁਪਏ ਦੀ ਪਲੇਟ ਆ। ਚਲੋ ਹੋ ਗਈ ਤਿਆਰ ਆਪਣੀ ਕੀਮਾ ਟਿੱਕੀ ਚਾਂਪ। ਹੈ ਗੱਲਬਾਤ ਸੋਫਟ ਆ ਨਾ ਪੂਰੀ, ਕੀ ਪੂਰੀ ਪੱਕੀ, ਪੂਰੀ ਪੱਕੀ ਹੋਈ ਸੋਫਟ ਹੈਗੀ ਹੈ, ਜ਼ਿਆਦਾ ਬਾਜ਼ਾਰਾਂ 'ਚ ਕੱਚੀ ਜਾਮ ਦਿੰਦੇ, ਬਿਲਕੁਲ ਕੱਚੀ ਕਾਲੀ ਕਾਲੀ, ਪਰ ਪੂਰੀ ਪੱਕੀ ਅੰਦਰੋਂ ਪੂਰੀ। ਆਹ ਦੇਖੋ ਮਤਲਬ ਚਮਚ ਹੀ ਨਾ ਟੁੱਟਣ ਦੀ ਹੈ, ਇੱਕ ਕੁਆਂਟਿਟੀ ਕਾਫੀ ਹੈ। ਹਾਂ ਇੱਕ ਟਿੱਕੀ ਪੂਰੀ, ਇੱਕ ਹੋਰ ਕਰਾ ਲਈਏ ਯਾਰ, ਹੋਰ ਬਣਾਉਣੀ ਹੈ, ਸਵਾਦ ਹੈਗੀ ਆ, ਮੈਨੂੰ ਸਵਾਦ ਲੱਗੀ। ਇੱਕ ਭਾਅ ਜੀ ਹੋਰ ਲਾ ਦਿਓ, ਹੈਲੋ ਇਹ ਦੇ ਦਿਓ, ਇਹ ਦੇ ਦਿਓ ਮੈਨੂੰ ਕਾਕੇ, ਆਹ ਦੇ ਦਿਓ, ਆਹ ਦੇ ਦਿਓ। ਦੇਖਿਓ ਯਾਰ ਕਿੰਨੀ ਕਿਊਟ ਆ, ਏ ਏ ਇੱਧਰ ਹੋ ਚੁੱਕੀ ਹੈ ਜੀ ਦੂਸਰੀ ਕੀਮਾ ਵਿੱਚ ਚਾਂਪ। ਲਿਆਓ ਜੀ ਚੁੱਕੋ ਭਾਅ ਜੀ, ਲਓ ਜੀ ਰੁਮਾਲੀ ਰੋਟੀ ਵੀ ਆ ਗਈ ਹੈ, ਦੋ ਹੀ ਰਹਿ ਗਈਆਂ, ਲਾ ਲਓ ਆਪੇ ਹਿਸਾਬ ਲਾ ਲਓ ਕਿੰਨੀ ਸਵਾਦ ਲੱਗੀ ਹੈਗੀ ਚਾਂਪ। 2 ਚਾਂਪਾਂ ਆਪਾਂ ਹੋਰ ਪੈਕ ਕਰਾਉਣ ਲੱਗੇ ਹਾਂ, ਐਂਡ ਹੈਗੀ ਯਾਰ ਕੋਈ, ਮੈਨੂੰ ਕਾਫੀ ਦੇਰ ਹੋ ਗਈ ਆਉਂਦਿਆਂ, ਪਰ ਬਬਲੂ ਪਹਿਲੀ ਰਹੀ ਆ, ਮੈਨੂੰ ਬਾਕੀ ਉਹ ਚਾਂਪਾਂ ਨਾਲ ਸਵਾਦ ਲੱਗੀ। ਆਪਣਾ ਵੈਸੇ ਰੋਜ਼ ਚਾਂਪ ਚਾਂਪ ਹੁੰਦੀ ਰਹਿੰਦੀ ਹੈ ਨਾ,
ਇਹ ਵੱਖਰੀ ਚੀਜ਼ ਹੈਗੀ ਪਰ ਹੈਗੀ ਕੀਮਾ ਟਿੱਕੀ ਚਾਂਪ ਏਦਾਂ ਹੀ ਹੈ ਨਾ ਕੁਛ ਕੀਮਾ ਟਿੱਕੀ ਚਾਂਪ ਬੜੀ ਯਾਰ ਘੈਂਟ ਹੈਗੀ ਹੈ ਇੱਕ ਵਾਰ ਜ਼ਰੂਰ ਟਰਾਈ ਕਰਿਓ ਇੱਥੇ ਆ ਕੇ ਬਾਜ ਵਾਲੀ ਕੋਠੀ ਦੇ ਨਾਲ ਮੰਦਰ ਵਾਲੇ ਬਾਜ਼ਾਰ ਤੋਂ ਅੱਗੇ ਕੋਰਨਰ ਦੀ ਦੁਕਾਨ ਆ ਭਾਈ ਉਹਨਾਂ ਦੀ ਨਾਮ ਕੀ ਮੰਨਤ ਚਾਂਪ ਮੰਨਤ ਵਿੱਚ ਚਾਂਪ ਜ਼ਰੂਰ ਆਇਓ ਯਾਰ ਹੁਣ ਆ ਪੈਕ ਹੁੰਦੀਆਂ ਫਿਰ ਅਸੀਂ ਚੱਲੀਏ ਨੈਕਸਟ ਡੇ ਹਾਂਜੀ ਤੇ ਮਿੱਤਰੋ ਹੁਣ ਅਸੀਂ ਆ ਚੁੱਕੇ ਹਾਂ ਗੋਰਾ ਕਾਈਡ ਸਟੋਰ ਤੇ ਜਿਹਦੀ ਕਾਫੀ ਦਿਨਾਂ ਤੋਂ ਵੇਟ ਹੈਗੀ ਸੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਵੀਰੋ ਸਤਿ ਸ਼੍ਰੀ ਅਕਾਲ ਜੀ ਤੇ ਮੇਰੇ ਗੈਵੀ ਬੋਲ ਨੂੰ ਸਤਿ ਸ਼੍ਰੀ ਅਕਾਲ ਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਵੇਟ ਹੈਗੀ ਸੀ ਕਾਈਡਸ ਵਲੌਗ ਦੀ ਸੋ ਕਾਈਡਸ ਵਲੌਗ ਜਲਦੀ ਹੀ ਆਪਣੇ ਹੋਣ ਲੱਗੇ ਆ ਮੈਂ ਕਿਹਾ ਥੋੜੀ ਯਾਰ ਤੁਹਾਨੂੰ ਓਪਨਿੰਗ ਦਿਖਾ ਦਈਏ ਗੋਰਾ ਕਾਈਡ ਸਟੋਰ ਦੀ ਯਾਰ ਸਮਾਨ ਇੱਧਰ ਵੀ ਇਹਨਾਂ ਨੇ ਬਹੁਤ ਲਗਾਇਆ ਪਿੱਛੇ ਪਤੰਗਾਂ ਆ ਦੇਖੋ ਯਾਰ ਪਤੰਗ ਹੀ ਪਤੰਗ ਕੀਤੀ ਉੱਪਰ ਤੇ ਇੱਧਰ ਦੀ ਇੱਕ ਤੁਹਾਨੂੰ ਹੋਰ ਇੱਕ ਗੁੱਡ ਨਿਊਜ਼ ਦੱਸਦੇ ਆ ਇਹਨਾਂ ਕੋਲ ਪਹਿਲਾਂ ਪਿੱਛੇ ਹੈਗਾ ਗੋਦਾਮ ਉਹ ਪੂਰਾ ਅੰਦਰ ਜਾਣਾ ਪੈਂਦਾ ਸੀ ਇਸ ਵਾਰ ਤੁਹਾਨੂੰ ਰੋਡ ਦੇ ਉੱਤੇ ਦੁਕਾਨ ਤੇ ਮਿਲੇਗਾ ਸਾਰਾ ਕੁਝ ਘਰ ਵੀ ਤੁਹਾਨੂੰ ਦਿਖਾਉਨੇ ਯਾਰ ਸਾਰਾ ਗੋਡਾਊਨ ਜਿਹੜਾ ਇਹਨਾਂ ਨੇ ਬਣਾਇਆ ਨਾ ਇਸ ਵਾਰ ਤੇ ਮੈਂ ਕਹਿੰਦਾ ਖਜ਼ਾਨਾ ਹੀਗਾ ਜੇ ਸੋ ਜਲਦੀ ਜਲਦੀ ਵਿਜ਼ਿਟ ਕਰ ਲਿਓ ਪਹਿਲਾਂ ਤੁਹਾਨੂੰ ਯਾਰ ਸਾਰੀ ਆਈਟਮ ਦਿਖਾਉਨੇ ਫਿਰ ਬਾਕੀ ਦੀ ਗੱਲਾਂ ਬਾਅਦ ਵਿੱਚ ਕਰੀਏ ਆਜੋ ਦੇਖਿਓ ਹੈਗੀ ਗੋਰਾ ਕਾਈਡ ਸਟੋਰ ਸਿੱਧਾ ਜੀਟੀ ਰੋਡ ਤੋਂ ਅੰਦਰ ਆਉਂਦਿਆਂ ਪਹਿਲਾਂ ਇੱਕ ਇਹਨਾਂ ਦੀ ਆਹ ਸ਼ੋਪ ਹੈਗੀ ਸੀ ਇਹਦੇ ਬਿਲਕੁਲ ਸਾਹਮਣੇ ਹੁਣ ਆਹ ਸ਼ੋਪ ਆ ਇੱਕ ਤੇ ਇਹਨਾਂ ਦਾ ਆਹ ਗੋਡਾਊਨ ਦੇਖਿਆ ਹੈਗਾ ਤੁਸੀਂ ਆ ਦੇਖੋ ਯਾਰ ਸਾਰੀਆਂ ਭਰੀਆਂ ਪਈਆਂ ਇਹ ਗੁੱਡੀ ਗੁੱਡੀ ਹੋਈ ਪਈ ਇਹ ਕਿੰਨੇ ਗਏ ਭਾਈ ਸਾਰੇ ਤਿੰਨ ਤਾਂ ਵੀ ਹੈਗੇ ਜ਼ਿਆਦਾ ਇੱਧਰ ਸੋ ਬਲਬ ਬੁਲਬ ਨਹੀਂ ਹੈਗਾ ਜਲਦੀ ਹੀ ਇੱਧਰ ਦੀ ਸੈਟਿੰਗ ਹੁੰਦੀ ਪਈ ਆ ਤੇ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਤੇ ਪਹੁੰਚੋ ਤੇ ਆਪਣਾ ਸਟਾਕ ਬਾਏ ਕਰੋ ਕਾਫੀ ਯਾਰ ਪਿਆ ਆ ਦੇਖਿਓ ਪਿੱਛੇ ਲਫਾਫੇ ਹੀ ਗਏ ਆ ਬੰਨੇ ਪਏ ਆ ਦੇਖਿਓ ਪਿੱਛੇ ਇਹਦੇ ਪਿੱਛੇ ਪੇਟੀਆਂ ਜੀ ਪੇਟੀਆਂ ਜੀ ਗੁੱਡੀਆਂ ਗੁੱਡੀਆਂ ਜੀ ਗੁੱਡੀਆਂ ਗੁੱਡੀਆਂ ਤੇ ਚਰਖੀਆਂ ਚਖਰੀਆਂ ਵੀ ਮਿਲਣਗੀਆਂ ਸਭ ਕੁਝ ਮਿਲੇਗਾ ਡੋਰ ਵੀ ਮਿਲੇਗੀ ਸਭ ਕੁਝ ਮਿਲੇਗਾ ਓਕੇ ਜੀ ਆ ਦੇਖਿਓ ਯਾਰ ਉੱਤੇ ਵੀ ਮਿਲੇਗੀ ਸਭ ਕੁਝ ਮਿਲੇਗਾ ਸੋ ਹੁਣ ਮੇਨ ਗੋਡਾਊਨ ਵਾਲੇ ਚੱਲੀਏ ਚਲੋ ਫਿਰ ਜਦੋਂ ਮੈਂ ਇੱਥੇ ਆ ਕੇ ਐਂਟਰੀ ਕੀਤੀ ਨਾ ਮੈਂ ਥੋੜਾ ਜਿਹਾ ਸਰਪ੍ਰਾਈਜ਼ ਹੋਇਆ ਸੀ ਬਾਕੀ ਤੁਹਾਨੂੰ ਵੀ ਉਹ ਸਰਪ੍ਰਾਈਜ਼ ਦੇਖਣਾ ਚਾਹੀਦਾ ਆ ਚੈੱਕ ਕਰੋ ਯਾਰ ਦੇਖਿਓ ਯਾਰ ਪੂਰੀ ਦੀ ਪੂਰੀ ਇੱਥੇ ਗਾਈਡਸ ਹੀ ਗਾਈਡਸ ਕਰਤੀਆਂ ਭਾਜੀ ਉਹਨਾਂ ਨੇ ਗੁੱਡੇ ਤਿੰਨ ਤਾਵੇ ਡੇਢ ਤਾਵਾ ਤਾਵਾ ਪੌਣੀ ਆ ਦੇਖਿਓ ਯਾਰ ਪਤੰਗਾਂ ਵੀ ਆ ਮਤਲਬ ਕਾਫੀ ਜ਼ਿਆਦਾ ਵਰਾਇਟੀ ਯਾਰ ਦੇਖਿਓ ਯਾਰ ਕਿੱਡੇ ਕਿੱਡੇ ਸੋਹਣੇ ਡਿਜ਼ਾਈਨ ਲੱਗੇ ਹੋਏ ਜੇ ਇਹਦੇ ਭਾਈ ਐਂਡ ਕਰਾ ਛੱਡੀ ਜੇ ਬਿਲਕੁਲ ਬਿਲਕੁਲ ਐਂਡ ਕਰਾਉਣੀ ਹੋ ਤਾਂ ਤੁਸੀਂ ਐਂਡ ਕਰਾਉਂਦੇ ਅਸੀਂ ਨਹੀਂ ਐਂਡ ਕਰਾਉਣੀ ਇਹ ਵੀ ਤੇਰੀ ਐਂਡ ਹੈਗੀ ਆ ਤੂੰ ਐਂਡ ਕਰਾ ਰਿਹਾ ਮੈਂ ਕਹਿੰਦਾ ਹੱਲੇ ਵੀ ਪੂਰਾ ਨਹੀਂ ਹੋਇਆ ਕੰਮ ਇੱਧਰ ਇੱਧਰ ਦੇਖਿਓ ਤੁਸੀਂ ਆ ਦੇਖੋ ਡਿਜ਼ਾਈਨ ਦੇਖਿਓ ਮਿਲਨੇ ਇੱਦਾਂ ਦੇ ਕਿਤੋਂ ਇਹ ਸਾਰੇ ਹੈਗੇ ਆ ਡੇਢ ਤਾਵਾ ਨਾ ਡੇਢ ਤਾਵਾ ਕਾਇਰ ਸਭ ਨੂੰ ਪਤੰਗ ਬਹੁਤ ਵਧੀਆ ਡਿਜ਼ਾਈਨਿੰਗ ਪਤੰਗ ਪਤੰਗਾ ਆ ਦੇਖਿਓ ਬੁੱਲ ਵਾਲੀ ਹਾਂਜੀ ਇੱਧਰ ਦੇਖਿਓ ਕਾਰਡਦਾਰ ਯਾਰ ਆ ਦੇਖੋ ਪਤੰਗਾਂ ਦੇ ਡਿਜ਼ਾਈਨ ਮਤਲਬ ਕਾਫੀ ਜ਼ਿਆਦਾ ਯਾਰ ਇਹਨਾਂ ਕੋਲ ਸਟੋਕ ਹੈਗਾ ਆ ਬਹੁਤ ਜ਼ਿਆਦਾ ਮੈਂ ਸਿਰਫ ਪਹਿਲਾਂ ਓਨੀ ਜਗ੍ਹਾ ਦੇਖੀ ਸੀ ਇੱਧਰਲੀ ਸਾਈਡ ਅਤੇ ਇੰਨੀ ਦੇਖ ਕੇ ਸਰਪ੍ਰਾਈਜ਼ ਹੋ ਗਿਆ ਸੀ ਫਿਰ ਜਦੋਂ ਮੈਂ ਇੱਧਰਲੀ ਸਾਈਡ ਆਇਆ ਇੱਧਰ ਦੇਖ ਹੀ ਲਓ ਯਾਰ ਤੀ ਆਪੇ ਖਜ਼ਾਨੇ ਨੱਪੇ ਹੋਏ ਆ ਡਾਕਟਰ ਸਾਹਿਬ ਨੇ ਅਰਕੀ ਵੀ ਯਾਰ ਗੁੱਡੀ ਲਵਾਂ ਨਾ ਲਵਾਂ ਉਹ ਗੱਲ ਵੱਖਰੀ ਆ ਪਰ ਚੀਜ਼ ਦੇਖ ਕੇ ਮਨ ਜਿਹੜਾ ਖੁਸ਼ ਹੋ ਗਿਆ ਨਾ ਥੈਂਕ ਯੂ ਸੋ ਮਚ ਦਿਲ ਤੇ ਕਰਦਾ ਕਿ ਸਾਰੀਆਂ ਇੱਥੋਂ ਲਵਾ ਕੇ ਤੇ ਲੈ ਹੀ ਆਵਾਂ ਮੈਂ ਘਰੇ ਜਾ ਕੇ ਇੱਦਾਂ ਹੀ ਲਾਵਾਂ ਲੇਕਿ ਯਾਰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਆ ਇਹ ਸਾਰੇ ਤਿੰਨ ਤਾਵੇ ਦੇ ਆ ਹਾਂ ਤਿੰਨ ਤਾਵੇ ਦੇ ਵਿੱਚ ਤੇ ਛਿੱਲਾ ਤੀਲਾ ਆਪਣੀ ਮਰਜ਼ੀ ਨਾਲ ਲਵਾਇਆ ਵਧੀਆ ਤੀਲਾ ਲਵਾਇਆ ਕੋਈ ਨਰਮ ਨਹੀਂ ਗੁੱਡੀ ਹੋਏਗੀ ਤੀਲਾ ਵਧੀਆ ਤੇ ਬਾਕੀ ਆਪਾਂ ਰੇਟ ਸਰਪ੍ਰਾਈਜ਼ ਕਰ ਹੀ ਦਿੰਦੇ ਹੁੰਦੇ ਆ ਜੀ ਹਾਂ ਉਹ ਰੇਟ ਦਾ ਵੀ ਭਾਜੀ ਕਹਿੰਦੇ ਪੱਕਾ ਕਰ ਦਿੰਦੇ ਆ ਹਰ ਵਾਰ ਦੀ ਤਰ੍ਹਾਂ ਕੋਈ ਸਰਪ੍ਰਾਈਜ਼ ਦੇ ਹੀ ਦੇਣਾ ਆਪਾਂ ਸਰਪ੍ਰਾਈਜ਼ ਫੇਰ ਮਿਲੇਗਾ ਰੇਟ ਬਹੁਤ ਜੈਨੂਇਨ ਜਿਹੜੇ ਤੇ ਪਹਿਲਾਂ ਵਿਜ਼ਿਟ ਕੀਤੇ ਹੋਏ ਗੋਰਾ ਗਾਈਡ ਸਟੋਰ ਤੇ ਉਹਨਾਂ ਨੂੰ ਤੇ ਪਤਾ ਹੀ ਹੋਏਗਾ ਕੀ ਰੇਟ ਮਿਲਦਾ ਇੱਥੋਂ ਬਾਕੀ ਛੋਟਾ ਜਿਹਾ ਇੱਕ ਟਾਰਗੇਟ ਰੱਖ ਲੈਂਦੇ ਆ 1000 ਲਾਈਕ ਕਰਨਾ ਵੀਡੀਓ ਤੇ ਸੋ ਲਾਈਕ ਵਾਲਾ ਏਮ ਪੂਰਾ ਕਰ ਦਿਓ ਜਲਦੀ ਹੀ ਰੇਟ ਲਿਸਟ ਲੈ ਕੇ ਆਉਣ ਲੱਗੇ ਆ ਸੋ ਤਦ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਨੋਟੀਫਿਕੇਸ਼ਨ ਟੈਪ ਕਰ ਲਿਓ ਰੇਟ ਪੂਰੇ ਜੈਨੂਇਨ ਹੋਣਗੇ ਬਿਲਕੁਲ ਜੈਨੂਇਨ ਰੇਟ ਹੋਣਗੇ ਗੋਰਾ ਕਾਈ ਸ਼ੋਪ ਤੁਹਾਡੇ ਭਰਾਵਾਂ ਦੇ ਸਿਰ ਤੇ ਚੱਲਦੀ ਪਈ ਤੇ ਚੱਲਦੀ ਹੀ ਰਹੇਗੀ ਗੈਵੀ ਦਾ ਧੰਨਵਾਦ ਪਹਿਲਾਂ ਜਿਨ੍ਹਾਂ ਨੇ ਮੇਰੇ ਕੰਮ ਨੂੰ ਚਲਾਇਆ ਉਹ ਬਹੁਤ ਬਹੁਤ ਥੈਂਕਸ ਉਹਦਾ ਉਹ ਮੈਂ ਦੇ ਨਹੀਂ ਦੇ ਸਕਦਾ ਜੀ ਤੇ ਦੂਜਾ ਮੇਰੇ ਜਿੰਨੇ ਵੀ ਮੇਰੇ ਵੀਰ ਮੇਰੇ ਕੋਲ ਆਉਂਦੇ ਨੇ ਗੋਰਾ ਕਾਈ ਸ਼ੋਪ ਦੇ ਜਿਹੜਾ ਆ ਕੇ ਮਾਨ ਵਧਾਉਂਦੇ ਨੇ ਉਹ ਮਾਨ ਵਧਾਉਂਦੇ ਰਹਿਣ ਤੇ ਅਸੀਂ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਦਿੰਦੇ ਰਹੀਏ ਮੇਰਾ ਇਹੋ ਹੀ ਆ ਏਮ ਹੈ
यार किन्ने किन्ने सोहने गुड्डे आ, कौन रह सकता बाय करन तो बिना। सो जल्दी जल्दी विजिट करे गोरा गाइड स्टोर ते, बाकी जो भी डिस्क्रिप्शन च तुहानू सारा एड्रेस नंबर सारा कुछ तुहानू डिस्क्रिप्शन च मिलेगा। सो जल्दी जल्दी भाई उहनां नू कॉल करो ते पहुंचो इत्थे शॉप दे उत्ते। बहुत बहुत भाई कंग्रेचुलेशन फिर एक बार ओपनिंग दे जरूर जी जरूर। बाकी वह अंदर जाना पैंदा सी ज्यादा, यह भी गोडाउन अंदर ही है पर ना जिथे पहला गोदाम सी थोड़ा जा अगले सैकंड गली सज्जे हाथ सैकंड गली मुड़ते हैं गोरा गाइड शॉप बोर्ड तुहानू लगा नजर आएगा। अबल ते मेन जिहड़ी तुहानू दुकान दिखा दांगे नैक्सट मूवी सब कुछ पता लग जाना। बाकी मेन तुहाडी जिहड़ी दुकान हैगी गोरा गाइड स्टोर वाली गोरा गाइड शॉप उत्थे ही है, तुर के अद्धे मिनट दा राह घर दा। बाकी तुसीं उत्थे पुछ सकदे जे जे किसी नूं उत्थे भी समान चाहिदा होवे उत्थे भी मिलेगा, उत्थे पिया है सारा। बस इत्थे थोड़ी जी ना की इहनूं कह सकदे आपां डिजाइनिंग कीती, डिजाइनिंग डेकोरेशन थोड़ी जी ज्यादा होई है, दुकान छोटी होने करके ते इत्थे डेकोरेशन थोड़ी ज्यादा है, तुहानूं हर चीज जिहड़ी साफ सुथरी मतलब देखण च मिल जाएगी। यार वैरायटी बहुत हैगी है, वैरायटी बहुत ज्यादा है, यूज कर सकदे जे भी हां खुला थां इत्थे वैरायटी आ लैणी है, आ लैणी है, आ लैणी है, वैरायटी बहुत ज्यादा है। देखियो पौनी दे विच भी है, सारी पौनी लगी हुई है, इधर भी देखियो आ भी पौनी लगी हुई है, ਇਧਰ ਮਝੋਲੀ ਲੱਗੀ ਆ, ਇਧਰ ਤਿੰਨ ਤਾਵੇ ਆ, ਕੁਛ ਵੈਰਾਈਟੀਆਂ ਲੱਗਣੀਆਂ ਜਿਵੇਂ ਤਾਵੇ ਵੀ ਡੇਢ ਤਾਵੇ ਸਰਪ੍ਰਾਈਜ਼ ਦਵਾਂਗੇ ਅਗਲੀ ਮੂਵੀ ਚ ਵੈਰਾਈਟੀਆਂ ਹੋਰ ਲੱਗਣਗੀਆਂ। ਹਲੇ ਬਹੁਤ ਸਾਰੀਆਂ ਵੈਰਾਈਟੀਆਂ ਆ, ਸੋ ਜਲਦੀ ਜਲਦੀ ਵਿਜ਼ਿਟ ਕਰੋ ਤੇ ਏਮ ਪੂਰਾ ਕਰਿਓ। ਬੰਦ ਪਈਆਂ ਬੋਰੇ ਚ ਖਜ਼ਾਨੇ ਬੰਦ ਰੱਖੇ ਹੋਏ ਆ। ਆਪਣਾ ਰੇਟ ਲਿਸਟ ਵੀ ਲੈ ਕੇ ਆਵਾਂਗੇ, ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਜ਼ਰੂਰ ਕਰਿਓ ਕਮੈਂਟ ਤੇ। ਬਾਕੀ ਏਮ ਜਿਹੜਾ ਭਾਜੀ ਤੁਸੀਂ ਕਦੇ ਕਰੀ ਕਮੈਂਟ ਲਾਈਕ ਸ਼ੇਅਰ ਤੇ ਜਿਨ੍ਹਾਂ ਨੇ ਬੈਲ ਦਾ ਨੋਟੀਫਿਕੇਸ਼ਨ ਨਹੀਂ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸੋ ਜਲਦੀ ਹੀ ਆਏਗਾ ਰੇਟ ਲਿਸਟ। ਬਾਕੀ ਮਿਲਦੇ ਹਾਂ ਫਿਰ ਕਿਸੇ ਨੈਕਸਟ ਵੀਡੀਓ ਵਲੌਗ ਦੇ ਵਿੱਚ, ਤਦ ਤੱਕ ਟੇਕ ਕੇਅਰ।